हैं, फिल्मा दे विच वेखीदा इदां दा है, तेरा पड़ा हो गया, तेरा पड़ा हो गया वे। क्या बात है गंसा, ये हैगा बार साडा लेटर लगियां ने होटलां नूं। बोतलां कित्थे टकाउणियां फिर? बोतलां बनाउणा जगाड़ कराती आपां आ हल्की हल्की करा। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਕੱਲ੍ਹ ਜਿਹੜੇ ਆਪਣੇ ਕੰਮ ਰਹਿ ਗਏ ਸੀਗੇ ਅੱਜ ਉਹ ਕੰਪਲੀਟ ਕਰਨ ਜਾਣ ਦਿਆਂ ਮੈਂ, ਅਤੇ ਕੱਲ੍ਹ ਵਾਲਾ ਮਿੱਤਰ ਜਿਹੜਾ ਆ ਉਹ ਮੇਰੀ ਵੇਟ ਕਰਨ ਦਿਆਂ, ਪਹਿਲਾਂ ਉਹਨੂੰ ਚੱਕਾਂਗੇ ਅਤੇ ਪਹਿਲਾਂ ਖਾਦ ਦਾ ਜਿਹੜਾ ਕੰਮ ਸੀਗਾ ਆਪਣਾ ਪਹਿਲਾਂ ਉਹ ਕਰਾਵਾਂਗੇ, ਅਤੇ ਉਹ ਤੋਂ ਬਾਅਦ ਵੀਰ ਦੀ ਕੋਠੀ ਜਿਹੜੀ ਆ ਉਹ ਤੁਹਾਨੂੰ ਦਿਖਾਵਾਂਗੇ। ਉਹ ਤਾਂ ਮੈਨੂੰ ਸਵੇਰ ਦਾ ਡੀਕਣ ਗਿਆ ਆ, ਮੈਂ ਹੀ ਅੱਜ ਲੇਟ ਹਾਂ ਕਿਉਂਕਿ ਰਾਤੀ ਲੇਟ ਆਏ ਸੀਗੇ ਅਤੇ ਇਹ ਸਵੇਰੇ ਵੀ ਮੈਂ ਲੇਟ ਹੀ ਉੱਠਿਆ। अपना भरा तुरिया गुरुद्वारे बड़ी सेवा करता है। आओ जी, किदा? और ठीक ठाक, बहुत बढ़िया। आ जा चलिए। आओ जी, भरा भी आ गया, हुण अहीं चले आ। पहलों जाना आ इहदा थार दी मोडिफिकेशन करवाउण, उस तों बाद फिर वीर दी कोठी दिखावांगे तुहानूं। ਇਹ ਤਾਂ ਮੈਨੂੰ ਸਵੇਰ ਦਾ ਡੀਕਣ ਦਿਆ ਸੀਗਾ, ਮੈਂ ਹੀ ਲੇਟ ਆਇਆ, 1 ਵਜੇ ਆਇਆ, 11 ਵਜੇ ਦਾ ਡੀਕਣ ਦਿਆ, ਜ਼ਿਆਦਾ ਲੇਟ ਹੋ ਗਿਆ ਯਾਰ। ਚੱਲੀ ਯਾਰ, ਰੋਂਗ ਸਾਈਡ ਹੋ ਜਾਂਦਾ, ਉੱਥੇ ਰਾਹ ਵੀ ਬਣਨ ਦਿਆ, ਰਾਹ ਪਾ ਕੇ ਆਇਆ। ਮੈਂ ਚੱਲਾਂ ਘਰੇ, ਮੈਂ ਚੱਲ ਇੱਥੇ ਪੱਠੇ ਚੱਲਦੇ ਫਿਰ। ਆਹੋ ਜੀ, ਹੁਣ ਤੁਹਾਨੂੰ ਨਾ ਸਿੱਧੇ ਆਪਾਂ ਮੋਡੀਫਿਕੇਸ਼ਨ ਵਾਲਿਆਂ ਦੇ ਜਾ ਕੇ ਮਿਲਦੇ ਹਾਂ, ਅਸੈਸਰੀ ਦੇਖੀਏ ਅਤੇ ਜੋ ਜੋ ਕਰਾਉਣਾ ਉਹ ਕਰਾਈਏ। ਲਓ ਜੀ, ਮੋਡੀਫਿਕੇਸ਼ਨ ਵਾਲਿਆਂ ਦੇ ਪਹੁੰਚ ਗਏ ਸੀਗੇ। ਛੋਟੀ ਮੋਟੀ ਮੋਡੀਫਿਕੇਸ਼ਨ ਕਰਾਉਣੀ ਸੀ ਅੱਜ, ਜ਼ਿਆਦਾ ਨਹੀਂ ਕਰਾਉਣੀ। ਵੀਰ ਪਿੱਛੇ ਲੱਗਾ ਆ, ਵੀਰ ਨੇ ਪਛਾਣ ਲਿਆ ਆਪਾਂ ਨੂੰ, ਇਹਦੇ 'ਤੇ ਵੀਡੀਓ ਬਣਾਉਂਦੇ ਹੁੰਦੇ ਆ। ਆਹ ਨਾ ਕਰਾ ਤਾ ਆਪਾਂ, ਹੁਣ ਮਾੜਾ ਜਿਹਾ ਫਿੱਕਾ ਜਿਹਾ ਰੰਗ ਕਰਾਇਆ ਆ, ਜ਼ਿਆਦਾ ਨਹੀਂ ਕਿਉਂਕਿ ਜ਼ਿਆਦਾ ਆਪਣੇ ਅਲਾਊਡ ਨਹੀਂ ਹੈਗਾ। ਸਹੀ ਆ, ਸਹੀ ਆ ਨਾ। ਆਹ ਵੀ ਖੋਲਤੀਆਂ ਆ, ਇਹ ਵੀ ਲੱਗੇ ਆ ਕਰਾਉਣ। ਹਾਂ, ਉੱਧਰਲਾ ਵੀ ਕਰਾ ਦਿਓ, ਅਤੇ ਆਹ ਪਿਛਲਾ ਪਾਸਾ ਵੀ ਲੱਗੇ ਆ ਕਰਾਉਣ। ਇਹ ਅੱਜ ਉੱਪਰੋਂ ਉੱਪਰੋਂ ਕਰਾਉਣੀ ਆ, ਅਤੇ ਇਸ ਤੋਂ ਬਾਅਦ ਮੈਟ ਦਿਖਾਵਾਂਗੇ। ਲਓ ਜੀ ਵੀਰਿਓ, ਮੋਡੀਫਿਕੇਸ਼ਨ ਸ਼ੁਰੂ ਹੋ ਗਈ ਆ। ਹੁਣ ਜਿੱਦਾਂ ਜਿੱਦਾਂ ਆਪਾਂ ਕਰਾਈ ਜਾਣੀ ਆ, ਅਤੇ ਆਪਣੀ ਗੱਡੀ ਬੰਬ ਬਣੀ ਜਾਣੀ, ਬੰਬ। ਹਾਂ, ਅਜੇ ਇੱਕ ਬੰਦਾ ਲਾਇਆ ਆ, ਅਜੇ ਉੱਧਰਲਾ ਬੰਦਾ ਰਹਿੰਦਾ ਲਾਉਣ ਵਾਲਾ। ਅਜੇ ਇਹਨੂੰ ਕਹਿੰਦੇ ਨਾ ਉੱਪਰੋਂ ਉੱਪਰੋਂ ਕਰਾਉਣੀ ਆਪਾਂ, ਅਤੇ ਉੱਪਰੋਂ ਹੋ ਗਈ ਨਾ ਸਾਰੀ, ਸਲਡੇ ਬੰਦੇ ਟਾਇਰਾਂ ਵਾਲੇ ਬੰਦੇ ਬਾਅਦ 'ਚ ਆਵਾਂਗੇ। ਫਿਰ ਉਹਨੇ ਚਿਰ ਨੂੰ ਜਿਹੜੇ ਉਹ ਟਾਇਰ ਆ ਨਾ ਜਿਹੜੇ ਆਪਾਂ ਮੰਗਾਏ ਆ, ਅਜੇ ਲੱਗ ਜਾਣੇ 10-15 ਦਿਨ ਆ ਜਾਣੇ ਉਹ ਵੀ, ਫਿਰ ਜ਼ਿਆਦਾ ਬੰਬ ਲੱਗੂਗੀ। ਲਓ ਜੀ, ਕਰਾਤੀ ਆਪਾਂ ਆਹ ਹਲਕੀ ਹਲਕੀ ਕਰਾਈ, ਬਲੈਕ, ਜ਼ਿਆਦਾ ਬਲੈਕ ਨਹੀਂ ਕਰਾਈ। ਅਤੇ ਪਿੱਛੋਂ ਵੀ ਹਲਕੀ ਜਿਹੀ ਬਲੈਕ ਕਰਾਤੀ ਆ, ਅਤੇ ਇੱਧਰਲੀ ਸਾਈਡ ਵੀ। ਲਓ ਜੀ, ਆਪਣੀ ਛੋਟੀ ਮੋਟੀ ਮੋਡੀਫਿਕੇਸ਼ਨ ਹੋ ਗਈ, ਇੱਥੇ ਵੀ ਕਰਾਤਾ ਬਲੈਕ, ਅਤੇ ਇਹਨਾਂ 'ਤੇ ਹਲਕੀ ਹਲਕੀ ਉਹ ਕਰਾਈ ਆ, ਦੂਜੀ ਫਿਲਮ ਕਰਾਈ ਮਾੜੀ ਮਾੜੀ, ਬਿਲਕੁਲ ਕਹਿ ਲਓ ਨਾ ਮਾਤਰ, ਵੀ ਅੰਦਰ ਧੁੱਪ ਨਾ ਜਾਵੇ ਬਸ, ਹੋਰ ਆਪਾਂ ਕੁਛ ਨਹੀਂ ਕਰਾਇਆ। ਬਾਕੀ ਕਰਾਉਣਾ ਆ ਹਜੇ, ਇਹਨਾਂ ਕੋਲ ਟਾਈਮ ਹੈ ਨਹੀਂ ਸੀ, 5 ਵੱਜ ਚੁੱਕੇ ਆ, ਅਤੇ ਹੁਣ ਅਸੀਂ ਨਿਕਲਣ ਲੱਗੇ ਹਾਂ ਘਰ ਨੂੰ। ਟਾਈਮ ਬਹੁਤ ਲੱਗਦਾ ਆ, ਅੱਜ ਤਾਂ ਮੈਟ ਵੀ ਰਹਿ ਗਏ, ਇੱਧਰ ਹੀ ਲੱਗੇ ਰਹੇ ਹਜੇ। ਇੱਥੇ ਲਿਖਾਉਣਾ ਆ, ਅਤੇ ਇੱਥੇ ਸਾਈਡ 'ਤੇ ਨਾ ਇੱਧਰਲੇ ਬੰਨੇ ਇੱਥੇ ਖੂਹ ਵਾਲੇ ਲਿਖਾਉਣਾ ਆ, ਉਹ ਫੇਰ ਕਿਸੇ ਦਿਨ ਲਿਖਾਵਾਂਗੇ। ਹੁਣ ਅੱਜ ਤਾਂ ਇਹੀ ਕੰਮ ਕਰਾਇਆ ਬਸ, ਆਹ ਕਰਾਇਆ, ਆਹ ਕਰਾਇਆ। ਆਹ ਪਹਿਲਾਂ ਜ਼ਿਆਦਾ ਹੀ ਬਲੈਕ ਹੋ ਗਏ ਸੀਗੇ, ਭੈੜੇ ਜਿਹੇ ਲੱਗਦੇ ਸੀਗੇ, ਜ਼ਿਆਦਾ ਹੀ ਕਰਾਤੇ, ਇਹ ਲਾਈਟ ਕਰਾਏ ਥੋੜ੍ਹੇ ਜਿਹਾ, ਸਹੀ ਆ ਬਿਲਕੁਲ। ਹੁਣ ਓਕੇ ਰਿਪੋਰਟ ਲੱਗਦੀ ਆ।
ਹਲਕੀ ਫੁਲਕੀ ਮੋਡੀਫਿਕੇਸ਼ਨ ਕਰਾਉਣ ਲੱਗੇ, ਅੱਧੀ ਦਿਹਾੜੀ ਲੱਗ ਗਈ ਸਾਨੂੰ ਅਤੇ ਹੁਣ ਸ਼ਾਮਾਂ ਦੇ ਵੱਜ ਗਏ ਆ 5:30 ਅਤੇ ਹੁਣ ਆਪਾਂ ਢਿੱਲੋਂ ਸਾਹਿਬ ਦੇ ਚੱਲੇ ਹਾਂ ਘਰ। ਮੈਂ ਵੀ ਅੱਜ ਪਹਿਲੀ ਵਾਰੀ ਵੇਖਣੀ ਕੋਠੀ, ਜਦੋਂ ਮੈਂ ਪਹਿਲਾਂ ਦੇਖਣ ਗਿਆ ਸੀ ਉਦੋਂ ਬਣਦੀ ਸੀ ਅਤੇ ਅੱਜ ਤਿਆਰ ਹੋ ਗਈ ਆ। ਹੁਣ ਮੈਂ ਚੰਗੀ ਤਰ੍ਹਾਂ ਤਸੱਲੀ ਨਾਲ ਦੇਖਾਂਗੇ ਸਾਰਾ ਕੁਛ ਕੀ ਕੀ ਲੱਗਾ ਆ, ਤੁਹਾਨੂੰ ਵੀ ਵਿਖਾਉਂਦੇ ਹਾਂ। ਅਤੇ ਜਿਹੜੇ ਗਗਨ ਦੇ ਬਾਹਰ ਯਾਰ ਮਿੱਤਰ ਆ ਜਿਨ੍ਹਾਂ ਨੇ ਕਿਹਾ ਸੀ ਸਪੈਸ਼ਲ ਵੀ ਬਣਾ ਕੇ ਦੱਸਿਓ, ਉਹ ਵੀ ਵੇਖੋਗੇ ਅੱਜ। ਹੈਂ ਪੁਰਾਣਾ ਘਰ ਇੱਧਰ ਲੱਭਦੇ ਤੇ ਆਹ ਇਹਨਾਂ ਨੇ ਨਵਾਂ ਛੱਤਿਆ, ਹੁਣ ਇਹ ਤੁਹਾਨੂੰ ਦਿਖਾਉਣ ਲੱਗਾ ਗਗਨ। ਇਹਦਾ ਹਜੇ ਥੋੜਾ ਬਹੁਤਾ ਕੰਮ ਰਹਿ ਗਿਆ, ਬਾਕੀ ਜ਼ਿਆਦਾਤਰ ਤਾਂ ਕੰਪਲੀਟ ਹੋ ਹੀ ਗਿਆ ਹੈ ਨਾ। ਲਓ ਜੀ ਐਂਟਰੀ 'ਤੇ ਧੰਨ ਧੰਨ ਕਰਾਈ ਪਈ, ਵਾਹ ਵਾਹ ਗਗਨ ਸਿਆਹ। ਹੈ ਫਿਲਮਾਂ ਦੇ ਵਿੱਚ ਵੇਖੀਦਾ ਇੱਦਾਂ ਦਾ, ਹੈ ਹਨੇਰੀ ਬਣਤੀ ਉਹ ਬੱਲੇ ਬੱਲੇ ਸੀਲਿੰਗ ਵੀ ਕਰਾਈ ਹੈ। ਕਿਆ ਬਾਤ ਆ। ਅੱਛਾ ਇੱਥੇ ਆਹ ਗੱਡੀ ਖੜੀ ਕਰਨ ਨੂੰ ਆ ਹੈ ਨਾ, ਬਹੁਤ ਵਧੀਆ ਚੀਜ਼ ਵੀ। ਅਸੀਂ ਤਾਂ ਦੇਸੀ ਜੀ ਆ ਸਾਡੇ ਵਾਲੀ ਕੋਠੀ 'ਤੇ ਕੋਠੀ ਰਾਹ ਹੋਇਆ ਬਈ, ਵਾਕਈ ਵੇਖਣ ਵਾਲੀ ਚੀਜ਼ ਆ ਯਾਰ। ਲਓ ਜੀ ਆਹ ਹੈਗੀ ਹੈ ਮੇਨ ਗੇਟ, ਅਤੇ ਹੁਣ ਆਪਾਂ ਨੂੰ ਗਗਨ ਭਰਾ ਦਿਖਾਊਗਾ ਸਾਰੀ ਕੋਠੀ। ਚੱਲ ਸੇ ਗਗਨ ਸਿਆਮ, ਆਹ ਜੀ ਐਂਟਰੀ, ਵਾਹ ਬਈ ਵਾਹ। ਪੱਖਾ ਬੰਦ ਹੀ ਕਰ ਦੇ। ਲਓ ਜੀ ਆਹ ਹੈਗੀ ਆ ਲੋਬੀ, ਧੰਨ ਧੰਨ ਕਰਾਈ ਗਗਨ ਸਿਆਮ। ਓਹ ਗੱਲਬਾਤ ਆ ਕਿਚਨ, ਵਾਹ ਬਈ ਵਾਹ। ਬਲੈਕ ਦੇ ਨਾਲ ਵਾਈਟ ਕੰਬੀਨੇਸ਼ਨ ਆ ਹਨਾ ਇਹਦਾ, ਰਸੋਈ ਦਾ ਸੋਹਣੀ ਹੈ ਯਾਰ। ਅੱਛਾ ਫਰਿੱਜ ਸੋਹਣੀ ਆ, ਸੋਹਣੀ ਆ, ਰਹਿਣ ਦੇ ਖੋਲਣ ਲਈ ਰਹਿਣ ਦੇ ਪਤਾ ਨਹੀਂ ਯਾਰ, ਸੋਹਣਾ ਬਲੈਕ ਐਂਡ ਵਾਈਟ ਕੰਬੀਨੇਸ਼ਨ ਬਹੁਤ ਸੋਹਣੀ ਹੈ ਯਾਰ। ਲਓ ਜੀ ਆਹ ਹੈਗੀ ਆ ਵੀਰ ਦੀ ਲੋਬੀ, ਪਰ ਮੈਨੂੰ ਯਾਰ ਆ ਬੂਹਾ ਬਹੁਤ ਸੋਹਣਾ ਲੱਗਾ ਯਾਰ, ਬੜਾ ਹੀ ਸੋਹਣਾ ਆ, ਪਾਲਿਸ਼ ਕਰਾਈ ਆ ਨਾ ਬਹੁਤ ਸੋਹਣਾ। ਆਹ ਹੈਗੀ ਆ ਆਪਣੇ ਐੱਲ ਸੀ ਡੀ ਪੈਨਲ ਕਹਿੰਦੇ ਹੈ ਨਾ, ਬਹੁਤ ਹੀ ਘੈਂਟ ਆ ਇਹ ਵੀ ਯਾਰ। ਆਹ ਜਦੋਂ ਮੈਂ ਆਇਆ ਸੀਗਾ ਗਗਨ ਸਿਆਹ ਉਦੋਂ ਪੌੜੀਆਂ ਉੱਦਾਂ ਹੀ ਸੀ ਹੈ ਨਾ, ਉੱਦਣ ਹਜੇ ਨਾ ਜਦੋਂ ਮੈਂ ਆਇਆ ਸੀ ਉਦੋਂ ਇਹਦੇ ਥੱਲੇ ਉਹ ਕੀਤਾ ਸੀ, ਹਜੇ ਪੈਡ ਕੀਤੀ ਹੋਈ ਸੀ ਉਦੋਂ ਪਾਈਆਂ ਹੀ ਸੀ। ਅਤੇ ਆਹ ਕਰਾਈ ਆ ਵੀਰ ਨੇ ਸੀਲਿੰਗ, ਮੈਂ ਕਿਹਾ ਪਹਿਲਾਂ ਮੂਵੀ ਬਣਾ ਲਈਏ ਬਾਅਦ 'ਚ ਮੈਂ ਤਸੱਲੀ ਨਾਲ ਦੇਖੂੰਗਾ, ਘੈਂਟ ਕੰਮ ਕੀਤਾ ਯਾਰ ਪੂਰਾ। ਆਹ ਸਾਹਮਣੇ ਸ਼ੀਸ਼ਾ ਰੱਖਿਆ ਆ ਲੋਬੀ ਦੇ ਪਰਲੇ ਬੰਨੇ ਨੂੰ ਦੇਖਣ ਲਈ। ਓਕੇ ਰਿਪੋਰਟ ਆ, ਆਹ ਮਾਈਕਾ ਲੱਗਾ ਗਗਨ ਸੋਹਣਾ ਯਾਰ, ਪੱਥਰ ਦੇ ਨਾਲ ਮੈਚਿੰਗ ਕੀਤੀ ਆ ਪੂਰੀ ਹੈ ਨਾ। ਤੇਰਾ ਭੜਾ ਹੋ ਗਿਆ, ਤੇਰਾ ਭੜਾ ਹੋ ਗਿਆ ਵੇ, ਅਸੀਂ ਤਾਂ ਭਰਾਵਾ ਇਹ ਚੀਜ਼ਾਂ ਵੇਖੀਆਂ ਹੀ ਨਹੀਂ ਕਦੀ ਯਾਰ, ਅਸੀਂ ਤਾਂ ਵਾਲ ਵੂਲ ਪੇਪਰ ਹੀ ਲਾਏ ਆ ਕੰਧਾਂ 'ਤੇ ਗਗਨ ਸਿਆਹ। ਤਨ ਤਨ ਕਰਾਈ ਆ ਯਾਰ, ਇਹ ਅਮਰੀਕਾ ਕਨੇਡਾ 'ਚ ਆ ਇੱਦਾਂ ਦੇ ਕਮਰੇ ਦਾ ਪੂਰੀ। ਓਕੇ ਰਿਪੋਰਟ ਕਰਾਈ ਆ, ਹਜੇ ਆਹ ਇੱਥੇ ਗੱਦਾ ਰੱਖਣ ਵਾਲਾ ਰਹਿ ਗਿਆ ਹੈ ਨਾ, ਇਹ ਫਿਰ ਇੱਥੇ ਤਿਆਰ ਕਰਾਏ ਆ। ਓਕੇ ਆ ਬਾਥਰੂਮ, ਅੱਛਾ ਉਹ ਜਿਹੜਾ ਕੱਪੜੇ ਕੁਪੜੇ ਇੱਥੇ, ਠੀਕ ਆ ਠੀਕ ਆ। ਇਹ ਕੋਠੀ ਮੈਂ ਤਾਂ ਦਿਖਾਉਣ ਦਿਆ ਵਾ, ਇਹਨਾਂ ਨੇ ਨਾ ਹਜੇ ਇੱਧਰ ਸ਼ਿਫਟ ਨਹੀਂ ਕੀਤਾ, ਹਜੇ ਹਜੇ ਕੰਮ ਚੱਲਣ ਦਿਆ, ਤਾਂ ਕਰਕੇ ਮੈਂ ਵੀ ਦੇਖਣ ਆ ਗਿਆ। ਮੈਂ ਕਿਹਾ ਨਾਲ ਦਿਖਾ ਦੂੰਗਾ ਤੁਹਾਨੂੰ ਵੀ, ਵੀਰ ਦੇ ਭਰਾ ਸੀਗੇ ਬਾਹਰ ਜਿਹੜੇ ਗਏ ਹੋਏ ਆ, ਉਹ ਵੀ ਕਹਿੰਦੇ ਸੀ ਭਰਾ ਦੀ ਕੋਠੀ ਵੇਖਣੀ ਆ, ਤਾਂ ਮੈਂ ਵਿਖਾਉਣ ਦਿਆ। ਨਾਲੇ ਗਗਨ ਦੀਆਂ ਯਾਦਾਂ ਰਹਿ ਜੂਗੀਆਂ ਵਿੱਚ ਨਵੀਂ ਕੋਠੀ ਦੀਆਂ। ਆਹ ਬਾਥਰੂਮ ਆ ਨਾ ਯਾਰ, ਸਾਰਾ ਕੁਛ ਨਾ ਮੋਡਰਨ ਟਾਈਪ ਕੀਤਾ ਆ, ਆਹ ਨਹਾਉਣ ਨੂੰ ਆ ਨਾ। ਓਕੇ ਰਿਪੋਰਟ ਕਰਾਈ ਆ ਪੂਰੀ ਯਾਰ, ਨਹੀਂ ਯਾਰ ਉਹ ਅੱਧ ਚੀਜ਼ ਆ ਯਾਰ, ਮਤਲਬ ਹਰੇਕ ਚੀਜ਼ ਦਾ ਨਾ ਕੰਬੀਨੇਸ਼ਨ ਬੜਾ ਜ਼ਬਰਦਸਤ ਕੀਤਾ। ਹੁਣ ਆਹ ਆਪਣੀਆਂ ਆ ਗਈਆਂ ਪੌੜੀਆਂ ਜਿਹੜੀਆਂ ਤਾਂ ਜਾਂਦੀਆਂ ਆ, ਅਤੇ ਆਹ ਲੋਬੀ ਵਾਲਾ ਇੱਧਰੋਂ ਆਪਾਂ ਨਿਕਲੇ ਹਾਂ। ਆਹ ਆ ਗਿਆ ਇੱਕ ਹੋਰ ਰੂਮ, ਹੈ ਇਹ ਵੀ ਬੈੱਡਰੂਮ ਹੀ ਆ ਨਾ,
ਇਹ ਹਜੇ ਤਿਆਰ ਹੋਣ ਵਾਲਾ ਰਹਿੰਦਾ ਆ ਹਨ ਇਹ ਤੇ ਗਗਨ ਸਿੰਘ ਵਾਲਪੇਪਰ ਆ ਕੀ ਆ ਯਾਰ ਇਹ ਵਾਲਪੇਪਰ ਲਾਇਆ ਯਾ ਸੋਹਣੇ ਵਾਲਪੇਪਰ ਸੋਹਣੇ ਲਏ ਯਾਰ ਆਰਕੀਟੈਕਟ ਕੋਈ ਘੈਂਟ ਹੀ ਬੰਦਾ ਲੱਗਦਾ ਜਿਹਨੇ ਇੰਨੀ ਡੈਕੋਰੇਟ ਕੀਤੀ ਆ ਸਾਰੀ ਅੱਛਾ ਜਗਦੀ ਓਏ ਹੋਏ ਹੋਏ ਕਿਆ ਬਾਤ ਆ ਜਗਾਈ ਕਹੀਂ ਬਜਾਈ ਓਏ ਹੋਏ ਵਾਹ ਆ ਜਾ ਚਲੀਏ ਉੱਤੇ ਚਲੋ ਜੀ ਵਾਲਪੇਪਰ ਬਹੁਤ ਯਾਰ ਘੈਂਟ ਘੈਂਟ ਲਵਾਏ ਯਾਰ ਤੁਸੀਂ ਆ ਵੀ ਸੋਹਣਾ 3D ਵਾਲਪੇਪਰ ਲੱਗੇ ਆ ਆਹ ਤਾਂ ਟੈਲ ਲੱਗਣ ਦੀ ਮੈਨੂੰ ਯਾਰ ਆਹ ਕੀ ਆ ਅੱਛਾ ਟੈਲ ਆ ਕੰਬੀਨੇਸ਼ਨ ਬਹੁਤ ਜ਼ਬਰਦਸਤ ਕੀਤਾ ਯਾਰ ਜਿਹੜਾ ਵੀ ਆਰਕੀਟੈਕਟ ਸੀਗਾ ਆਹ ਆ ਗਿਆ ਜੀ ਉੱਪਰਲਾ ਬੈੱਡਰੂਮ ਲਾਈਟਾਂ ਦੀ ਪੂਰੀ ਹਨੇਰੀ ਬੰਨੀ ਆ ਆਹ ਆਪਣੀ ਆ ਜਾਂਦੀ ਆ ਅੱਛਾ ਇੱਥੇ ਘਰ ਲਾਉਣਾ ਆ ਉੱਪਰਲਾ ਹਿੱਸਾ ਆ ਗਿਆ ਜੀ ਬਾਹਰਲੇ ਬੰਨੇ ਹੋਰ ਮੇਨ ਚੀਜ਼ ਹੁਣ ਰਹਿ ਗਈ ਹੈ ਨਾ ਚਲੋ ਉੱਧਰ ਚਲੀਏ ਆ ਗਏ ਜੀ ਬਾਹਰ ਇਹ ਹੁਣ ਟੋਪ 'ਤੇ ਟੈਰਸਟ 'ਤੇ ਚੱਲੇ ਟੋਪ 'ਤੇ ਉੱਪਰ ਇਹਨਾਂ ਨੇ ਬੈਠਣ ਉੱਠਣ ਨੂੰ ਬਣਾਇਆ ਹੋਇਆ ਆ ਬਾਹਰ ਬਾਹਰਲੇ ਦੇਸ਼ ਦੀ ਫੀਲਿੰਗ ਲੈਣ ਨੂੰ ਬਣਾਇਆ ਹੈ ਆਓ ਵੇਖੋ ਪੂਰੀ ਅੱਤ ਕਰਾਈ ਆ ਬੰਦਾ ਇੱਥੇ ਆ ਕੇ ਬਹਿ ਜਾਵੇ ਫਰੈਸ਼ ਹੋ ਗਏ ਐਨ ਇਹਨੂੰ ਜਿੰਮ ਵੀ ਬਣਾ ਸਕਦੇ ਹਾਂ ਬਾਹਰ ਵੀ ਬਣਾ ਸਕਦੇ ਹਾਂ ਉੱਠਣ ਬੈਠਣ ਨੂੰ ਵਧੀਆ ਹੈ ਨਾ ਇਹ ਸੋਹਣਾ ਯਾਰ ਨਾਲੇ ਹਵਾ ਚੱਲਦੀ ਆ ਹਨੇਰੀ ਬੰਨੀ ਪਈ ਆ ਹਨੇਰੀ ਇਹ ਅਜੇ ਤਿਆਰ ਕਰਾਉਣਾ ਹੈ ਨਾ ਆਹ ਕੀ ਆ ਅੱਛਾ ਕਿਆ ਬਾਤ ਆ ਗਿਆ ਬੋਤਲਾਂ ਕਿੱਥੇ ਟਿਕਾਉਣੀਆਂ ਫਿਰ ਲੱਕੜ ਦਾ ਰਹਿ ਗਿਆ ਆਹ ਸੋਹਣੇ ਆ ਹਰੇ ਕਰ ਦਿੱਤੇ ਦੋਵੇਂ ਹੈ ਨਾ ਇੱਧਰਲੇ ਸੋਹਣੇ ਲੱਗਦੇ ਬੂਫਰ ਸਿਸਟਮ ਸਾਰਾ ਕੁਛ ਰੱਖਿਆ ਆ ਇੱਥੇ ਬੰਦਾ ਕੁਛ ਵੀ ਖੇਡ ਖੂਡ ਸਕਦਾ ਵਧੀਆ ਸਿਸਟਮ ਗੱਦਾ ਗੁੱਦਾ ਲੱਗਾ ਹੋਇਆ ਵੀਰ ਦੀ ਕੋਠੀ ਦਿਖਾਤੀ ਆ ਇਹਦੇ ਭਰਾਵਾਂ ਦੀ ਫਰਮਾਇਸ਼ ਆਈ ਸੀ ਬਾਹਰੋਂ ਗਗਨ ਦੀ ਕੋਠੀ ਵੇਖਣੀ ਆਪਾਂ ਅੱਜ ਕੋਠੀ ਦਿਖਾਤੀ ਕਿੰਨੇ ਦਿਨਾਂ ਦਾ ਗੱਲ ਚੱਲਣ ਦੀ ਸੀਗੀ ਮੇਰਾ ਨਹੀਂ ਹੀ ਟਾਈਮ ਲੱਗਦਾ ਅੱਜ ਮੈਂ ਟਾਈਮ ਕੱਢ ਕੇ ਆਇਆ ਉਸ ਤੋਂ ਵਧੀਆ ਆਹ ਚੀਜ਼ ਲੱਗੀ ਬਾਹਲੀ ਘੈਂਟ ਚੀਜ਼ ਲੱਗੀ ਯਾਰ ਇਹ ਤਿੰਨ ਬੰਦੇ ਸ਼ੀਸ਼ੇ ਬਹੁਤ ਵਧੀਆ ਬਹੁਤ ਵਧੀਆ ਆਪਣੇ ਸੈਪਰੇਟ ਉੱਠਣ ਬੈਠਣ ਲਈ ਵਧੀਆ ਚੀਜ਼ ਆਇਆ ਨਾ ਬਹੁਤ ਵਧੀਆ ਲੱਗਾ ਆਪਣਾ ਕੋਈ ਯਾਰ ਭਰਾ ਹੁੰਦਾ ਮਿੱਤਰ ਹੁੰਦਾ ਬੰਦਾ ਸ਼ਾਮਾਂ ਨੂੰ ਇੱਥੇ ਬਹਿ ਕੇ ਫੈਮਲੀ ਨੇ ਰੋਟੀ ਪਾਣੀ ਵੀ ਖਾ ਸਕਦਾ ਕੁਛ ਵੀ ਇੱਥੇ ਮੰਜੇ ਡਾਹ ਕੇ ਪਵਾਂ ਵਧੀਆ ਇਹ ਇੱਕ ਕਮਰਾ ਪਾਉਣਾ ਨਾ ਉੱਤੇ ਥੋੜ੍ਹੀ ਜਿਹੀ ਚਹਿਲ ਪਹਿਲ ਜੀ ਹੋ ਗਈ ਨਹੀਂ ਅਤੇ ਇੱਥੇ ਜਿੱਦਾਂ ਸਾਡੇ ਆ ਉੱਥੇ ਹੁਣ ਸਾਡੇ ਵੀ ਉੱਦਾਂ ਹੀ ਉੱਤੇ ਜਾਈਦਾ ਹੀ ਨਹੀਂ ਅਸੀਂ ਚਲੋ ਆ ਯਾਰ ਤਾਂ ਹਨੇਰੀ ਬੰਨੀ ਪਈ ਆ ਯਾਰ ਹੋਏ 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 ਕਿਆ ਬਾਤ ਨਵੀਂ ਚੀਜ਼ ਫਿਰ ਚ ਗਈ ਵਜਾਈ ਹੋਏ ਹੋਏ ਸੋਹਣਾ ਢਿੱਲੋ ਸਾਹਿਬ ਹੱਥ ਕਰਾ ਕੇ ਨਹੀਂ ਹੈ ਬਿਲਕੁਲ ਬਿਲਕੁਲ ਸੜਕ ਬਣਨ ਦੀ ਆ ਅਤੇ ਆਪਾਂ ਮਾਰਨ ਲੱਗੇ ਹਾਂ ਸ਼ੋਰਟਕੱਟ ਇਹ ਲਈ ਕੱਲ੍ਹ ਹੀ ਆਪਾਂ ਸ਼ੋਰਟਕੱਟ ਮਾਰਨ ਲਈ ਲਈ ਆ ਨਾ ਇਹ 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 ਚੜ੍ਹ ਜਾ ਚੜ੍ਹ ਜਾ ਹਨੇਰੀ ਲਿਆਤੀ ਆ ਸ਼ੋਰਟਕੱਟ ਬੱਲੇ ਬੱਲੇ ਹੋ ਗਈ ਸਹੀ ਕਿ ਨਹੀਂ ਇਹ ਮੌਜ ਆ ਇਹਦੀ ਚੀਜ਼ ਦੀ ਹਾਰ ਦੀ ਜਿਵੇਂ ਮਰਜ਼ੀ ਚੜ੍ਹਾ ਦੋ ਮੈਂ ਸਹੀ ਗੱਲ ਉਹ ਤਾਂ ਉਹਨੂੰ ਘੁੰਮ ਕੇ ਆਉਣਾ ਪੈਣਾ ਉੱਤੋਂ ਆਹ ਸੌ ਗਿਆ ਲਓ ਜੀ ਜਿੱਥੋਂ ਗਗਨ ਨੂੰ ਚੱਕਿਆ ਸੀਗਾ ਗੁਰਦੁਆਰਾ ਸਾਹਿਬ ਤੋਂ ਸਵੇਰੇ ਵੀ ਇਹਨੇ ਸੇਵਾ ਕਰਨੀ ਨਹੀਂ ਦਿੱਤੀ ਸ਼ਾਮ ਨੂੰ ਵੀ ਮੈਂ ਫਿਰ ਹੁਣ ਉਹਨੂੰ ਇਹਨੂੰ ਇੱਥੇ ਲਾ ਦੇਣਾ ਆ ਇਹਦਾ ਜਹਾਜ਼ ਉਹ ਉੱਥੇ ਖੜ੍ਹਾ ਆ ਅਤੇ ਸ਼ਹਿਰੋਂ ਘੁੰਮ ਫਿਰ ਕੇ ਆ ਗਏ ਸੀ ਹੁਣ ਗੁਰਦੁਆਰਾ ਸਾਹਿਬ ਫਿਰ ਲਓ ਜੀ ਹੁਣ ਮੈਂ ਵੀਰ ਨੂੰ ਲਾ ਕੇ ਚੱਲਾਂ ਆ ਸ਼ਾਮਾਂ ਵੀ ਪੈ ਗਈਆਂ ਆ ਸਾਰਾ ਦਿਨ ਲੰਘ ਗਿਆ ਸਾਡਾ ਬਾਹਰ ਹੀ ਅੱਜ ਠੀਕ ਆ ਚੰਗਾ ਚੰਗਾ ਥੈਂਕ ਯੂ ਓਕੇ
ਮਾਸ਼ਾਅੱਲਾ ਸਿੱਖਣਾ ਹੁਣ ਚੰਗਾ ਫਿਰ ਓਕੇ ਸਿੱਖ ਰਹੇ ਹਾਂ ਸਾਰਾ ਕੁਛ ਹੁਣ ਹੌਲੀ ਹੌਲੀ ਓਕੇ 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 ਚੰਗਾ ਜੀ ਫਿਰ ਕੱਲ੍ਹ ਨੂੰ ਮਿਲਦੇ ਹਾਂ ਆਪਾਂ ਕਮੈਂਟ ਕਮੁੰਟ ਕਰਦੇ ਰਿਹਾ ਕਰੋ ਕਮੈਂਟ ਮੈਂ ਤੁਹਾਡੇ ਰੀਡ ਕਰਦਾ ਰਹਿੰਦਾ ਹੁੰਦਾ ਹਾਂ ਚੰਗਾ ਜੀ ਫਿਰ ਕੱਲ੍ਹ ਨੂੰ ਮਿਲਦੇ ਹਾਂ ਬਾਏ ਜੀ ਧੰਨਵਾਦ ਜੀ।